ਏਵਨ ਪੰਜਾਬੀ ਤੇ ਏਵਨ ਨਿਊਜ਼ ਵਿੱਚ ਆਪ ਸਭ ਦਾ ਸਵਾਗਤ ਕਰਦਾ। ਦੋਸਤੋ, ਇੱਕ ਵੀਡੀਓ ਸਾਡੇ ਕੋਲ ਆਇਆ, ਉਹ ਕਾਫੀ ਵਾਇਰਲ ਹੋ ਰਿਹਾ ਵੀਡੀਓ, ਔਰ ਉਸ ਵੀਡੀਓ ਨੂੰ ਆਪ ਸਭ ਤੱਕ ਪਹੁੰਚਾਉਣਾ ਚਾਹੁੰਦਾ ਕਿ ਇੱਕ ਸਿੱਖ ਵੀਰ ਹੈ ਔਰ ਉਸ ਨੇ ਰਾਧਾ ਸਵਾਮੀ ਬਿਆਸ ਸੰਸਥਾ ਬਾਰੇ ਜੋ ਕਿਹਾ ਉਹ ਆਪ ਸਭ ਨੂੰ ਮੈਂ ਸੁਣਾਉਣਾ ਚਾਹੁੰਦਾ। ਸੁਣੋ ਉਹਨਾਂ ਨੇ ਕੀ ਕਿਹਾ। ਅੱਜ ਦੋ ਬੰਦੇ ਮੈਨੂੰ ਮਿਲੇ, ਉਹ ਕਹਿੰਦੇ ਅਸੀਂ ਸਿੱਖ ਧਰਮ ਨਾਲੋਂ ਟੁੱਟ ਕੇ ਤੇ ਅੱਜ ਅਸੀਂ ਰਾਧਾ ਸਵਾਮੀਆਂ ਨਾਲ ਜੁੜ ਗਏ ਆ। ਦੂਸਰੇ ਨੇ ਕਿਹਾ ਮੈਂ ਈਸਾਈ ਧਰਮ ਨਾਲ ਜੁੜ ਗਿਆ। ਇਹਦਾ ਕਾਰਨ ਕੀ ਆ? ਉਹਨੇ ਦੱਸਿਆ ਕਿ ਮੈਂ ਅੱਜ ਤੋਂ ਥੋੜਾ ਚਿਰ ਪਹਿਲਾਂ ਮੇਰੀ ਕਿਡਨੀ ਜਿਹੜੀ ਡੈਮੇਜ ਹੋ ਚੁੱਕੀ ਸੀ ਤੇ ਮੈਂ ਹੌਸਪੀਟਲ ਗਿਆ। ਉੱਥੇ ਮੇਰੀ ਸਿੱਖਾਂ ਦੇ ਹੌਸਪੀਟਲ ਦੇ ਵਿੱਚ ਕਿਸੇ ਨੇ ਮਦਦ ਨਹੀਂ ਕੀਤੀ, ਉਹਨਾਂ ਨੇ ਤੇਰਾ ਫ੍ਰੀ ਇਲਾਜ ਨਹੀਂ ਹੋਣਾ। ਫਿਰ ਉਹਨੇ ਕਿਹਾ ਮੈਂ ਬਹੁਤ ਪੂਅਰ ਹੋ ਚੁੱਕਾ ਹਾਂ ਤੇ ਮੈਂ ਬੱਚੇ ਆਪਣੇ ਲੈ ਕੇ ਜਿਹੜਾ ਵਾ ਕਿਸੇ ਸਕੂਲ ਦੇ ਵਿੱਚ ਗਿਆ, ਸਿੱਖਾਂ ਦੇ ਸਕੂਲ ਦੇ ਵਿੱਚ। ਉੱਥੇ ਕੀ ਹੋਇਆ, ਉੱਥੇ ਉਹਨਾਂ ਨੇ 8 to 10 ਹਜ਼ਾਰ ਰੁਪਇਆ ਮੰਗਿਆ ਐਡਮਿਸ਼ਨ ਫੀਸ। ਕਹਿੰਦਾ ਬੜਾ ਦੁੱਖ ਲੱਗਾ ਮੈਨੂੰ, ਕੋਈ ਕਹਿੰਦਾ ਰਸਤੇ ਦੇ ਵਿੱਚ ਜਾਂਦਾ ਬੰਦਾ ਮਿਲਿਆ ਤੇ ਉਹਨਾਂ ਮੈਂ ਆਪਣਾ ਨਾ ਦਿਲ ਦੀ ਗੱਲ, ਦੁੱਖ ਜਿਹੜਾ ਦਿਲ ਦਾ ਉਹਨਾਂ ਜ਼ਾਹਿਰ ਕੀਤਾ। ਉਹਨੇ ਇੱਕ ਗੱਲ ਦੱਸੀ, ਉਹਨੇ ਕਿਹਾ ਤੈਨੂੰ ਮੈਂ ਇੱਕ ਡੇਰੇ ਖੜਾਂਗਾ ਜਿਹਦਾ ਨਾਮ ਆ ਰਾਧਾ ਸਵਾਮੀ ਤੇ ਦੂਸਰਾ ਧਰਮ ਹੈਗਾ ਈਸਾਈ ਧਰਮ, ਤੇ ਉਹ ਤੇਰੇ ਬੱਚਿਆਂ ਨੂੰ ਯੂਨੀਫਾਰਮ ਤੋਂ ਲੈ ਕੇ ਪਹਿਲੀ ਕਲਾਸ ਤੋਂ ਲੈ ਕੇ ਭਾਵੇਂ PhD ਕਰਾ ਲਈ ਤੇ ਪੈਨਸਲਾਂ ਕਾਪੀਆਂ ਤੱਕ ਤੈਨੂੰ ਫ੍ਰੀ ਸਾਰਾ ਕੁਝ ਦੇਣਗੇ। ਤੇ ਈਸਾਈ ਧਰਮ ਨੇ ਵੀ, ਉਹਨੇ ਵੀ ਇਹੀ ਗੱਲ ਕਹੀ ਕਿ ਸਾਰਾ ਕੁਝ ਬੱਚਿਆਂ ਦਾ ਫ੍ਰੀ, ਸਟੱਡੀ ਸਾਰੀ ਫ੍ਰੀ ਹੋਊਗੀ ਚੰਗੇ ਸਕੂਲ ਦੇ ਵਿੱਚ। ਤੇ ਅੱਜ ਆਪਾਂ ਸਿੱਖਾਂ ਨੂੰ ਮੈਂ ਪੁੱਛਣਾ ਚਾਹੁੰਦਾ, ਆਪਾਂ ਲੰਗਰ ਜਿਹੜੇ ਲਾਉਂਦੇ ਹਾਂ ਅਨੰਦਪੁਰ ਸਾਹਿਬ ਦੇ ਮੇਲੇ 'ਤੇ, ਜਾਂ ਲੰਗਰ ਲਾਉਣੇ ਚਾਹੀਦੇ ਜ਼ਰੂਰ, ਮੈਂ ਨਹੀਂ ਕਹਿੰਦਾ ਲੰਗਰ ਨਹੀਂ ਲਾਉਣੇ ਚਾਹੀਦੇ। ਇਸੇ ਕਰਕੇ ਆਪਣੇ ਸਿੱਖ ਧਰਮ ਨਾਲੋਂ ਟੁੱਟ ਕੇ ਵੀਰ ਸਾਡੇ ਅਤੇ ਭੈਣਾਂ ਸਾਡੀਆਂ ਨਵੇਂ ਨਵੇਂ ਧਰਮ ਜਿਹੜੇ ਬਣਾਏ ਜਾ ਰਹੇ ਆ, ਚੱਕਰ ਇਹ ਆ ਕਿ ਇਸੇ ਕਰਕੇ ਮੇਰਾ ਨਾਂ ਹਰਪਾਲ ਸਿੰਘ, ਡਿਸਟ੍ਰਿਕਟ ਅੰਮ੍ਰਿਤਸਰ, ਮੈਨੂੰ ਦੁੱਖ ਲੱਗਾ। ਮੈਂ ਇਸੇ ਕਰਕੇ ਇੱਕ ਚੀਜ਼ ਨਵੀਂ ਸਟਾਰਟ ਕਰਨ ਲੱਗਾ ਵਾਂ, ਸਾਥ ਦੇਣਾ ਜਾਂ ਨਹੀਂ ਦੇਣਾ ਕਿਸੇ ਨੇ। ਇੱਕ ਛੋਟੀ ਆਪਣੀ ਜ਼ਮੀਨ ਦੇ ਵਿੱਚ ਡਿਸਪੈਂਸਰੀ ਸਟਾਰਟ ਕਰਨ ਲੱਗਾ, ਜਿੱਥੋਂ ਘੱਟੋ ਘੱਟ ਕੋਈ ਵੀ ਪੰਜਾਬ ਦਾ ਬੰਦਾ ਆ ਜੇ, ਉਹ ਆਪਣੇ ਟੈਸਟ ਫ੍ਰੀ ਕਰਵਾਵੇ, ਦਵਾਈ ਫ੍ਰੀ ਲਵੇ, ਡਿਲੀਵਰੀ ਫ੍ਰੀ ਕਰਾਵੇ। ਜੇ ਕਿਤੇ ਸੱਟ ਲੱਗੀ ਰੋਡ 'ਤੇ ਜਾਂਦਿਆਂ, ਟੈਂਕਿਆਂ ਦੀ ਲੋੜ ਪੈ ਗਈ ਆ, ਉੱਥੋਂ ਟੈਂਕੇ ਫ੍ਰੀ ਲਵਾਵੇ। ਚੱਕਰ ਇਹ ਆ ਕਿ ਆਪਾਂ ਸਿੱਖਾਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰੀਏ, ਤੋੜਨ ਦੀ ਨਾ ਕੋਸ਼ਿਸ਼ ਕਰੀਏ। ਜਦੋਂ ਬੰਦੇ ਦੇ ਬੜੇ ਮਾੜੇ ਹਾਲਾਤ ਹੁੰਦੇ ਆ ਨਾ, ਉਦੋਂ ਬੰਦਾ ਭੱਜਦਾ, ਉਹ ਆਉਂਦਾ ਵੀ ਕੋਈ ਮੈਨੂੰ ਗੁਰੂ ਮਿਲੇ, ਮੇਰਾ ਹੱਲ ਹੁੰਦਾ ਵੇ। ਅਤੇ ਜਦੋਂ ਹੱਲ ਹੋ ਜਾਂਦਾ ਫਿਰ ਪੱਕਾ ਜੁੜ ਜਾਂਦਾ। ਚੱਕਰ ਇਹ ਆ ਵੀਰਿਓ, ਸਾਰੇ ਜਣੇ ਸਪੋਰਟ ਕਰੋ, ਜੇ ਤੁਹਾਨੂੰ ਚੰਗਾ ਲੱਗਦਾ ਹੋਊ ਤਾਂ ਮੇਰੀ ਸਪੋਰਟ ਕਰ ਲਿਓ, ਜੇ ਨਾ ਚੰਗਾ ਲੱਗਦਾ ਹੋਊ ਤਾਂ ਬਿਲਕੁਲ ਸਪੋਰਟ ਨਾ ਕਰਿਓ। ਚੱਕਰ ਇਹ ਆ ਵੀ ਆਪਾਂ ਤਾਂ ਵਿਗਲ ਵਜਾਉਂਦੇ ਰਹਿਣਾ, ਲਾਸਟਲੇ ਦਮ ਤੱਕ ਡਿਸਪੈਂਸਰੀ ਖੋਲ੍ਹੀ ਆ, ਗਾਂ ਹੋਸਪਿਟਲ ਖੜ੍ਹਾ ਕਰਾਂਗੇ, ਸਕੂਲ ਖੜ੍ਹਾ ਕਰਾਂਗੇ, ਜਿੱਥੋਂ ਤੱਕ ਜੇ ਤਾਂ ਜਿੰਦਾ ਰਿਹਾ ਅਤੇ ਸਾਰਾ ਕੁਝ ਇਹ ਜਿਹੜਾ ਕੁਛ ਆਪਾਂ ਪਬਲਿਕ ਨੂੰ, ਆਪਣੇ ਜਿਹੜੇ ਕੋਈ ਵੀ ਧਰਮ ਦਾ ਹੋਵੇ ਉਹਨੂੰ ਆਪਾਂ ਪੜ੍ਹਾਉਣ ਦੀ ਕੋਸ਼ਿਸ਼ ਕਰਾਂਗੇ, ਇਲਾਜ ਕਰਵਾਉਣ ਦੀ ਕੋਸ਼ਿਸ਼ ਕਰਾਂਗੇ, ਨੌਕਰੀ ਦਿਵਾਉਣ ਦੀ ਕੋਸ਼ਿਸ਼ ਕਰਾਂਗੇ। ਬਾਕੀ ਤੁਸੀਂ ਸਿਆਣੇ ਜੇ। ਬਿਲਕੁਲ ਜੀ, ਬਿਲਕੁਲ। ਇਸ ਵੀਰ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਮੈਂ ਆਪਣੇ ਖੇਤਾਂ ਵਿੱਚ ਇੱਕ ਡਿਸਪੈਂਸਰੀ ਬਣਾਵਾਂਗਾ, ਜਿੱਥੇ ਹਰ ਜ਼ਾਤ ਹਰ ਪਾਤ ਤੋਂ ਉੱਪਰ ਉੱਠ ਕੇ ਇਲਾਜ ਹੋਵੇਗਾ। ਪ੍ਰੋਗਰਾਮ ਦੇ ਅੰਤ ਵਿੱਚ ਦੋਸਤੋ ਕਮੈਂਟ ਕਰਿਆ ਕਰੋ, ਕਮੈਂਟ ਚੰਗੀ ਭਾਸ਼ਾ 'ਚ ਕਰਿਆ ਕਰੋ, ਵਲਗਰ ਭਾਸ਼ਾ ਦਾ ਇਸਤੇਮਾਲ ਨਾ ਕਰਿਆ ਕਰੋ। ਜੇਕਰ ਤੁਹਾਡੇ ਕੋਲ ਵੀ ਕੋਈ ਖਬਰ ਹੈ, ਉਸਦੀ ਪੁਖਤਾ ਜਾਣਕਾਰੀ ਹੈ, ਤਾਂ ਪਲੀਜ਼ ਪਲੀਜ਼ ਤੁਸੀਂ ਸਾਨੂੰ ਮੇਲ ਕਰ ਸਕਦੇ ਹੋ। ਸਾਡੀ ਮੇਲ ਆਈਡੀ ਹੈ khariankhariyan@gmail.com। ਜੇ ਸੰਪਰਕ ਕਰਨਾ ਚਾਹੁੰਦੇ ਹੋ 6280386739 'ਤੇ ਕਰ ਸਕਦੇ ਹੋ। ਏਵਨ ਪੰਜਾਬੀ ਤਾਂ ਏਵਨ ਨਿਊਜ਼ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ। If you like this video, please subscribe the channel, like and share this video.